ਪਰਸਨਲ ਫੋਟੋਆਂ ਵਾ ਕਿ ਜਿਨ੍ਹਾਂ ਨੂੰ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਸਕਦੇ ਹਾਂ ਤੇ ਉਸ ਦੌਰਾਨ ਤੇਰਾ ਘਰ ਜਾੜ ਸਕਦੇ ਹਾਂ ਤੇ ਤੂੰ ਹੁਣ ਆਪਣਾ ਘਰ ਬਚਾਉਣਾ ਕਿ ਪੈਸੇ ਦੇਣੇ ਆ ਤੇ ਮੈਂ ਇਹਨਾਂ ਨੂੰ ਇਸੇ ਚੱਕਰ 'ਚ ਕਿਹਾ ਕਿ ਭਾਈ ਮੇਰੇ ਕੋਲ ਤਾਂ 50,000 ਹੈਗਾ ਨਹੀਂ ਆ ਤਾਂ ਤੁਸੀਂ ਤੁਹਾਡੇ ਕੋਲ ਜੋ ਹੁੰਦਾ ਮੇਰਾ ਕਰ ਦਿਓ ਕਹਿੰਦੇ ਚੱਲ ਫਿਰ ਅਸੀਂ ਆ ਰਹੇ ਹਾਂ ਤੇਰੇ ਕੋਲ ਗਲੀ 'ਚ ਤੇ ਦੁੱਖ ਦਿਓ ਅਤੇ ਭਾਜੀ ਮੈਂ ਤਾਂ ਸੋਚਿਆ ਨਹੀਂ ਕਿ ਇਹ ਕੁਛ ਮੇਰੇ ਨਾਲ ਕਰਨਗੇ ਅਤੇ ਇਹਨਾਂ ਨੇ ਆ ਕੇ ਮੇਰੇ 'ਤੇ ਹਮਲਾ ਕਰਤਾ ਅਤੇ ਜਿਹਦੇ ਕਾਰਨ ਮੇਰਾ ਛੋਟਾ ਭਰਾ ਅੱਜੂ ਅਤੇ ਅਮੂ ਮੇਰੇ ਅੱਗੇ ਆਏ ਅਤੇ ਇਹਨਾਂ ਦੇ ਇਸ ਦੌਰਾਨ ਅੱਜੂ 'ਤੇ ਗੋਲੀ ਲੱਗੀ ਹੈ ਅਤੇ ਅਮੂ ਦੇ ਉਹਨਾਂ ਨੇ ਦਾਤਰ ਮਾਰੇ ਆ ਅਤੇ ਭਾਜੀ ਗੋਲੀ ਦੇ ਕਾਰਨ ਚੱਲਣ ਦੇ ਕਾਰਨ ਅਸੀਂ ਸਾਰੇ ਭੱਜ ਦੌੜ ਪੈ ਗਈ ਹੈ ਅਤੇ ਅਸੀਂ ਸਾਰੇ ਆਪਣੇ ਜਾਣੀ ਕਿ ਘਰੋਂ ਘਰੀ ਹਵਾਲਾ ਕਿਹੜੇ ਸੀ ਹਮਲਾ ਕਰਨ ਵਾਲੇ ਕਿਹੜੇ ਸੀ ਬੰਦੇ ਰਾਹੁਲ ਮੱਟੂ ਜੀ ਵਿਨੇ ਤੇ ਵਿਵੇਕ ਉਹ ਜੀ ਯੂਨਸ ਪ੍ਰਧਾਨ ਦੀ ਸ਼ਾਇਦ ਪੂਰਾ ਧੱਕਾ ਸਾਡੇ ਖਾਈ ਮਹੱਲੇ 'ਚ ਕਰਦੇ ਪਏ ਆ ਅਤੇ ਉਹ ਉੱਥੋਂ ਧੱਕਾ ਕਰਦੇ ਆ ਅਤੇ ਯੂਨਸ ਪ੍ਰਧਾਨ ਉਹਨਾਂ ਨੂੰ ਕਹਿ ਰਿਹਾ ਕਿ ਮੈਂ ਤੁਹਾਡੇ ਨਾਲ ਤੁਸੀਂ ਜਿੱਦਾਂ ਵੀ ਹੁੰਦਾ ਧੱਕਾ ਕਰੋ ਇੱਥੇ ਸਿਰਫ ਰਾਜਾ ਹੈਗਾ ਵਾ ਖਾਈ ਮਹੱਲੇ 'ਚ ਤਾਂ ਯੂਨਸ ਪ੍ਰਧਾਨ ਹੀ ਹੈਗਾ ਵਾ ਹੋਰ ਇੱਥੋਂ ਦਾ ਰਾਜਾ ਕੋਈ ਨਹੀਂ ਆ ਅਤੇ ਇਹ ਸਭ ਮੇਰੇ ਵਾਸਤੇ ਕੀੜੇ ਮਕੌੜੇ ਆ ਮੈਂ ਜਦੋਂ ਮਰਜ਼ੀ ਇਹਨਾਂ ਨੂੰ ਦੱਬ ਸਕਦਾ ਵਾਂ ਅਤੇ ਭਾਜੀ ਸਾਡੀ ਇਹੋ ਮੰਗ ਆ ਕਿ ਇਹਨਾਂ ਦਾ ਵੱਧ ਤੋਂ ਵੱਧ ਇਹਨਾਂ ਦਾ ਵੀ ਇਹਨੂੰ ਮੈਨੂੰ ਇਨਸਾਫ ਦਵਾਓ ਜਿਸ ਬੰਦੇ ਨੇ ਗੋਲੀਆਂ ਚਲਾਈ ਉਹਦਾ ਭਰਾ ਕੀ ਕੰਮ ਕਰਦਾ ਉਹ ਜੀ ਪੁਲਿਸ ਕਰਮਚਾਰੀ ਹੈ ਜੀ ਸਾਡੇ ਵਰਗੇ ਮਜ਼ਦੂਰ ਬੰਦਿਆਂ ਥੋੜੀ ਚਲਾਨ ਨਹੀਂ ਦਿੱਤਾ ਵਾ ਜਾਂ ਤੇ ਸਾਡਾ ਕਈ ਕਈ ਕ੍ਰਿਮੀਨਲ ਹੈਗੇ ਤੇ ਸਾਡੇ ਤੇ ਚਲਾਓ ਤੇ ਸਾਡੇ ਬਾਰੇ ਮਹੱਲੇ 'ਚ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ ਵੀ ਸਾਡਾ ਕੀ ਕਰੈਕਟਰ ਹੈਗਾ ਵਾ ਹੁਣ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਲ ਮੈਂ ਇਹੋ ਮੰਗ ਕਰਦਾ ਸਾਨੂੰ ਇਨਸਾਫ ਦਿਵਾ ਜੇ ਅੱਜ ਤੁਸੀਂ ਇੱਥੇ ਆਏ ਹੋ ਕੀ ਕੀ ਘਟਨਾ ਹੋਈ ਹੈ ਜੀ ਕੋਈ ਘਟਨਾ ਇਹਨਾਂ ਦਾ ਹੋਇਆ ਲੜਾਈ ਝਗੜਾ ਹੋਇਆ ਸੀ ਉਹ ਜਿੱਥੇ ਦਾਵੇ ਸੀ ਇੱਥੇ ਉਹਨੇ ਬਿਆਨ ਵਿੱਚ ਲੈ ਕੇ ਮੁਕਦਮਾ ਦਰਜ ਕਰਤਾ ਵਾ ਹੁਣ ਦੋਸ਼ੀ ਨੂੰ ਕਿੱਥੋਂ ਦਾ ਕਰ ਰੇਡ ਜਾ ਰਹੀ ਹੈ ਕਿੰਨੀਆਂ ਗੋਲੀਆਂ ਚੱਲੀਆਂ ਜੀ ਗੋਲੀਆਂ ਨੇ ਦੋ ਤਿੰਨ ਚੱਲੀਆਂ ਤੇ ਕਿੰਨੇ ਬੰਦਿਆਂ ਨੂੰ ਲੱਗੀਆਂ ਵਾ ਤੇ ਉਹ ਕੀ ਪੁਲਿਸ ਮਾ ਆਇਆ ਮਗਾ ਕੋਈ ਜਿੰਨੇ ਗੋਲੀਆਂ ਚਲਾਈਆਂ ਨਹੀਂ ਜੀ ਇਹਦੇ ਬਾਰੇ ਨੋਟ ਨਹੀਂ ਕਿ ਤੁਹਾਡਾ ਟੀਚ ਕੋਲ ਹਾਂਜੀ ਗੋਲੀਆਂ ਰਾਹੁਲ ਮੱਟੂ ਵਿਵੇਕ ਜਿਹਨੇ ਗੋਲੀਆਂ ਚੱਲੀਆਂ ਉਹਦਾ ਭਰਾ ਕੌਣ ਹੈਗਾ ਜੀ
ठीक।